ਸਾਸਿਕਾ ਵੀਰ ਜੀ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਵੀਰ ਜੀ ਕੀ ਆ ਵੇਖੋ ਕਿ ਆ ਆਪਣੇ ਇੱਥੇ ਆਪਾਂ ਰਹਿਨੇ ਪੇ ਸਰਬੀਆ ਚ 15 ਦਿਨ ਹੋ ਗਏ ਆਪਾਂ ਨੂੰ ਇਦਾਂ ਦਾ ਖਾਣਾ ਖਾਂਦੇ ਪਏ ਜਦ ਕਿ ਆਪਾਂ ਨੋਨ ਵੇਜ ਨਹੀਂ ਖਾਂਦੇ ਹੈਗੇ ਠੀਕ ਹੈ ਨਾ ਤੇ ਇਹ ਚੋਲ ਹਨ ਜਿਹੜੇ ਅੱਧੇ ਕੱਚੇ ਆ ਅੱਧੇ ਪੱਕੇ ਇਹ ਖਾ ਕੇ ਤੇ ਬੰਦੇ ਨੂੰ ਵੈਸੇ ਢਿੱਡ ਬੀੜ ਲੱਗ ਜੇ ਪਰ ਬੰਦੇ ਨੇ ਭਾਜੀ ਇੱਥੇ ਤਿੰਨ ਤਿੰਨ ਸਵੈਰੋ ਖਰਚਿਆ ਰੋਟੀ ਪਾਣੀ ਦਾ ਵੱਖਰਾ ਠੀਕ ਹੈ ਨਾ ਹਾਂ ਤੇ ਸਾਰੇ ਮੈਂ ਆਪਾਂ ਸਾਰਿਆਂ ਨੇ ਇੱਥੇ ਗੱਲ ਕੀਤੀ ਸੀਗੀ ਕਿ ਆਪਾਂ ਸਰਬੀ ਆਵਾਂਗੇ 15 ਦਿਨ ਕਵਾਰਨਟਾਈਨ ਕਰਾਂਗੇ ਤੁਹਾਡਾ ਕੋਰੋਨਾ ਟੈਸਟ ਹੋਏਗਾ ਆਪਾਂ 22 ਫਲਾਈਟ ਆਪਾਂ ਰੋਮ ਜਾ ਕੇ ਉਤਰਾਂਗੇ ਤੇ ਸਾਨੂੰ ਉੱਥੇ ਡੰਮੀ ਟਿਕਟਾਂ ਭੇਜ ਕੇ ਸਾਰੀਆਂ ਫਲੈਟਾਂ ਦੀਆਂ ਤੇ ਉਹਨਾਂ ਨੂੰ ਇੱਥੇ 22 ਬੱਸ ਕਰ ਲੈਂਦੇ ਆ ਜਿਹੜੀ 14 15 16 ਘੰਟੇ ਲੱਗਣੇ ਆ ਠੀਕ ਹੈ ਨਾ ਤੇ ਮੇਰਾ ਵੀਰ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਆਪ ਸਾਰੇ ਇੱਥੇ ਸਰਬੀ ਆ ਸਕਦੇ ਹੋ ਟਿਕਟਾਂ ਕਰਵਾ ਕੇ 35 35000 ਦੀਆਂ ਹੋਟਲੇ ਤੇ ਬਹੁਤ ਸਸਤੇ ਆ ਠੀਕ ਹੈ ਨਾ ਤੁਸੀਂ ਆਪ ਇੱਥੇ ਆ ਕੇ ਸਭ ਕੁਝ ਕਰੋ ਟਿਕਟਾਂ ਆਪ ਕਰਕੇ ਆਓ ਕਵਾਰੰਟਾਈਨ ਆਪ ਕਰੋ ਜਿੰਨਾ ਤੁਹਾਡੇ ਪੈਸੇ ਬਚਣਗੇ ਠੀਕ ਹੈ ਨਾ ਤਿੰਨ ਬੰਦਿਆਂ ਦੇ ਤੇ 40 ਰੁਪਏ ਹੋਟਲ ਦੇ ਆ ਠੀਕ ਹੈ ਨਾ ਜੇ ਤੁਸੀਂ ਏਜੰਟਾਂ ਦੇ ਧੱਕੇ ਚੋੜੋਗੇ ਤੇ ਆਪਣੀ ਫੈਮਿਲੀ ਦੇ ਬਾਧੂ ਬੈਗ ਕਰਵਾਵੋਗੇ ਆਪਾਂ ਇੱਥੇ 3-3 ਲੱਖ ਰੁਪਏ ਖਰਚ ਕੇ ਬੈਠੇ ਆ ਇਸ ਲਈ ਮੇਰਾ ਵੀਰ ਤੁਸੀਂ ਆਪ ਸਮਝਦਾਰ ਬਣੋ ਆਪ ਟਿਕਟਾਂ ਕਰੋ ਇੱਥੋਂ ਆ ਕੇ ਕਵਾਰੰਟਾਈਨ ਕਰਕੇ ਆਪ ਰੋਮਾ ਜਾਓ ਫਲਾਈਟ ਕਰਾ ਕੇ ਠੀਕ ਹੈ ਨਾ ਜਿੰਨਾ ਤੁਹਾਡੇ ਪੈਸੇ ਵੀ ਸੇਵ ਹੋਣਗੇ ਤੁਸੀਂ ਵਧੀਆ ਰੋਟੀ ਖਾਓਗੇ ਵਧੀਆ ਤਰੀਕੇ ਨਾਲ ਸਭ ਕੁਝ ਕਰੋਗੇ ਓਕੇ